ਪੰਜਾਬ ਟੀਵੀ ਦੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਮੰਤਰੀ ਹਵਾਈ ਅੱਡਾ ਚੰਡੀਗੜ੍ਹ ਦਾ ਉਦਘਾਟਨ ਕਰਕੇ ਇੱਕ ਖਿਤਾ ਜਿਹਦੇ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਤੇ ਕਸ਼ਮੀਰ ਦਾ ਸ਼ਾਮਲ ਨੇ ਇੱਕ ਤੋਹਫਾ ਦਿੱਤਾ ਕਿ ਵਲੇ ਇੰਨਾ ਹੀ ਨਹੀਂ ਸਕੋ ਜਿਹੜੇ ਦੇਸ਼ ਵਿਦੇਸ਼ ਵਿੱਚ ਵਸਦੇ ਪ੍ਰਵਾਸੀ ਜਾਇਦਰ ਪੰਜਾਬੀ ਭਾਰਤੀ ਹੈ। ਉਹਨਾਂ ਦੇ ਲਈ ਵੀ ਇੱਕ ਵੱਡੀ ਸਹੂਲਤ ਦੀ ਗੱਲ ਹੈ। ਪਰ ਇਸ ਦੇ ਨਾਲ ਹੀ ਕਈ ਗੱਲਾਂ ਇਹੋ ਜਿਹੀਆਂ ਵੀ ਹੋਈਆਂ ਜਿਹੜੀਆਂ ਖਟਾਸ ਨੂੰ ਜੋੜਦੀਆਂ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਗ ਸਿੰਘ ਦੇ ਨਾਂ ਤੇ ਹਵਾਈ ਅੱਡਾ ਦਾ ਨਾਂ ਰੱਖਣ ਦੇ ਉੱਤੇ ਸਹਿਮਤੀ ਨਾ ਦੇਣ ਦੇ ਨਾਲ ਪੰਜਾਬੀਆਂ ਨੂੰ ਨਿਰਾਸ਼ਤਾ ਵੀ ਹੋਈ ਹੈ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਲੰਬੇ ਸਮੇਂ ਤੋਂ ਪੰਜਾਬ ਦੇ ਲਈ ਪੈਕੇਜ ਦੀ ਗੱਲ ਕਰਦੇ ਆ ਰਹੇ ਹੈ। ਸ਼ਾਇਦ ਉਹਨਾਂ ਨੂੰ ਉਮੀਦ ਸੀ ਕਿ ਇਸ ਮੌਕੇ ਦੇ ਉੱਤੇ ਕੋਈ ਪੈਕੇਜ ਵੀ ਅਨਾਉਂਸ ਕੀਤਾ ਜਾਏਗਾ। ਇਹੋ ਜਿਹੀ ਵੀ ਕੋਈ ਗੱਲ ਨਹੀਂ ਹੋਈ। ਜੇ ਗੱਲ ਕਰੀਏ ਆਪਾਂ ਰੈਲੀ ਦੀ, ਪ੍ਰਧਾਨ ਮੰਤਰੀ ਦੀ ਰੈਲੀ ਨੂੰ ਇੰਨਾ ਵੱਡਾ ਹੰਗਾਰਾ ਕਿਉਂ ਨਹੀਂ ਮਿਲਿਆ? ਇਸ ਤੋਂ ਇਲਾਵਾ ਜਿਸ ਤਰ੍ਹਾਂ ਦੀ ਚੰਡੀਗੜ੍ਹ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਕਿ ਜਿਹੜੇ ਜਮਹੂਰੀ ਸਾਡੇ ਨੇਤਾ ਹੈ ਅੱਜ ਕੱਲ੍ਹ ਵੀ ਉਹ ਬਾਦਸ਼ਾਹ ਵਾਂਗ ਵਿਚਰਨਾ ਪਸੰਦ ਕਰਦੇ ਆ ਇਹਨਾਂ ਸਾਰੇ ਮੁੱਦਿਆਂ ਤੇ ਸਾਡੇ ਨਾਲ ਚਰਚਾ ਜਿਹੜੇ ਖਾਸ ਮਹਿਮਾਨ ਹਾਜ਼ਰ ਨੇ ਸਹਾਜੀਤ ਸਿੰਘ ਗਰੇਵਾਲ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਸਹਾ ਪ੍ਰਵਿੰਦਰ ਸਿੰਘ ਪੈਂਗੀ ਜਿਹੜੇ ਕਿ ਸੀਨੀਅਰ ਐਮ ਐਲ ਏ ਨੇ ਔਰ ਕਾਂਗਰਸ ਪਾਰਟੀ ਦੇ ਚ ਆਪਣੀ ਇੱਕ ਵੱਖਰੀ ਪਛਾਣ ਰੱਖਦੇ ਆ ਸਰਬੀਤ ਪੰਦੇ ਜਿਹੜੇ ਚੰਡੀਗੜ੍ਹ ਦੇ ਸੀਨੀਅਰ ਜਰਨਲਿਸਟ ਔਰ ਪ੍ਰੈਸ ਕਲੱਬ ਦੇ ਕਈ ਦਫਾ ਪ੍ਰਧਾਨ ਰਹ ਚੁੱਕਿਆ ਮੈਂ ਤੇ ਨਾ ਮਹਿਮਾਨਾਂ ਨੂੰ ਜੀ ਆਖਦਾ ਗ੍ਰਿਵਲ ਸਾਹਿਬ ਜਦੋਂ ਆਪਾਂ ਗੱਲ ਕਰਦੇ ਹਾਂ ਕਮੰਤਰੀ ਹਵਾਈ ਅੱਡੇ ਤੇ ਇਸ ਦੀ ਜਿਹੜੀ ਹੈਗੀ ਜਿੱਦਾਂ ਮੈਂ ਸ਼ੁਰੂ ਦੇ ਵਿੱਚ ਕਮੈਂਟ ਕੀਤਾ ਜਿਹੜਾ ਹੈਗਾ ਕਾਫੀ ਦੇਰ ਤੋਂ ਇਸ ਖਿੱਤੇ ਦੀ ਮੰਗ ਸੀ ਕਿ ਇੱਥੇ ਕਮੰਤਰੀ ਹਵਾਈ ਅੱਡਾ ਬਣਨਾ ਚਾਹੀਦਾ ਹੈ ਲੱਗਦਾ ਹੈ ਕਿ ਇਹਦੇ ਨਾਲ ਇਸ ਏਰੀਆ ਦੇ ਜਿਹੜੇ ਲੋਕ ਹਨ ਉਹਨਾਂ ਨੂੰ ਕਾਫੀ ਬੈਨੀਫਿਟ ਮਿਲੇਗਾ ਕਿਉਂਕਿ ਪੰਜਾਬੀ ਵਿਦੇਸ਼ਾਂ 'ਚ ਬਹੁਤ ਗਏ ਹੋਏ ਹਨ ਜੀ ਹੁਣ ਤਾਂ ਬਾਕੀ ਸਟੇਟਸ ਦੇ ਵੀ ਲੋਕ ਚਲੇ ਗਏ ਆ ਜੀ ਜੀ ਔਰ ਇਸ ਤਰਫ ਕੋਈ ਅੰਤਰਰਾਸ਼ਟਰੀ ਹਵਾਈ ਅੱਡਾ ਹੈ ਨਹੀਂ ਸੀ ਅ ਹਮਰਸਰ ਸ਼ੁਰੂ ਹੋਇਆ ਉਹ ਵੀ ਅਜੇ ਪੂਰੀ ਤਰ੍ਹਾਂ ਉਸ ਤਰ੍ਹਾਂ ਦਾ ਕੰਮ ਨਹੀਂ ਕਰ ਰਿਹਾ ਜੀ ਸਾਰੀਆਂ ਫਲਾਈਟਸ ਨਹੀਂ ਆਉਂਦੀਆਂ ਉੱਥੇ ਤਾਂ ਇਹਦੇ ਸ਼ੁਰੂ ਹੋਣ ਨਾਲ ਲੋਕ ਜਿਹੜੇ ਆ ਉਹਨਾਂ ਨੂੰ ਬਹੁਤ ਆਸਾਨੀ ਹੋ ਗਈ ਹੈ ਔਰ ਇਹ ਹੁਣਾਂ ਵੀ ਚਾਹੀਦਾ ਏਅਰਪੋਰਟ ਤਾਂ ਹੋਰ ਵੀ ਬਹੁਤ ਜ਼ਿਆਦਾ ਅੰਤਰਰਾਸ਼ਟਰੀ ਏਅਰਪੋਰਟ ਬਣਨੇ ਚਾਹੀਦੇ ਆ ਜੀ ਜੀ ਔਰ ਅਜੇ ਵੀ ਹਿੰਦੁਸਤਾਨ ਦੇ ਅੰਦਰ ਕਮੀ ਆ ਇਹਨਾਂ ਦੀ ਮੈਂ ਸਮਝਦਾ ਕਿ ਇਹ ਬਹੁਤ ਹੀ ਅੱਛਾ ਜਿਹੜਾ ਪਾਰਾ ਸੀ ਜੀ ਦੇ ਦੀ ਮੰਗ ਸੀ ਸੀਰੀਅਸ ਲੋਕਾਂ ਦੀ ਜਿਹੜੀ ਕਿ ਪੂਰੀ ਹੋਣੀ ਚਾਹੀਦੀ ਸੀ ਹਾਂ ਹੋਣੀ ਚਾਹੀਦੀ ਸੀ ਇਹ ਹੋਈ ਵੀ ਹੈ ਇਹਦੇ ਲਈ ਪ੍ਰਧਾਨ ਮੰਤਰੀ ਦਾ ਵੀ ਧੰਨਵਾਦ ਸਰਕਾਰ ਦਾ ਵੀ ਜੀ ਜੀ ਔਰ ਇਹ ਤਿੰਨੋਂ ਚਾਰੋਂ ਰਾਜਾਂ ਦੇ ਮੁੱਖ ਮੰਤਰੀਆਂ ਦਾ ਔਰ ਸਾਰੀਆਂ ਸਰਕਾਰਾਂ ਦਾ ਵੀ ਮੈਂ ਸਮਝਦਾ ਕਿ ਬਹੁਤ ਬੜਾ ਉਪਰਾਲਾ ਓਕੇ ਪ੍ਰਮਿੰਦਰ ਜੀ ਜੇਦੋਂ ਆਪਾਂ ਗੱਲ ਕਰਦੇ ਹਾਂ ਕਿ ਨਰਿੰਦਰ ਮੋਦੀ ਨੇ ਨੰਕਮਤਰੀ ਹਵਾਈ ਅੱਡਾ ਜਿਹੜਾ ਉਸ ਦਾ ਕਟਣ ਕੀਤਾ ਹੈ ਇਸ ਖਿੱਤੇ ਦੇ ਲੋਕਾਂ ਨੂੰ ਇੱਕ ਕਮੰਤਰੀ ਹਵਾਈ ਅੱਡਾ ਦਿੱਤਾ ਹੈ ਪਿਛਲੇ ਲੰਬੇ ਸਮੇਂ ਦੇ ਵਿੱਚ ਡਿਮਾਂਡ ਵੀ ਉੱਠਦੀ ਰਹੀ ਹੈ ਕਾਂਗਰਸ ਆਪਣੇ ਸਮੇਂ 'ਚ ਕਿਉਂ ਨਹੀਂ ਕਰ ਸਕੀ ਜਿਹੜਾ ਕ ਮੰਤਰੀ ਹਵਾਈ ਅੱਡਾ ਜੀ ਯੂਪੀਐਸ ਸਰਕਾਰ ਦੇ ਵਿੱਚ ਸ਼ੁਰੂ ਹੋਇਆ ਸੀ ਜੀ ਉਹ ਚਲਦਾ ਚਲਦਾ ਉਹਨੂੰ ਬਣਾਉਣ ਤੇ 2 ਸਾਲ ਲੱਗੇ ਹੂੰ ਹੂੰ ਬਣਾਉਂਦੇ ਬਣਾਉਂਦੇ ਕਿਉਂਕਿ ਇਹ ਜਿਹੜੀ ਪਾਲਿਸੀ ਹੈਗੀ ਹੈ ਇਹ ਲੌਂਗ ਟਰਮ ਪਾਲਿਸੀਜ਼ ਹੋਣੀਆਂ ਚਾਹੀਦੀਆਂ ਸਰਕਾਰ ਕੋਈ ਵੀ ਹੋਵੇ ਦੇਸ਼ ਨੂੰ ਤਰੱਕੀ ਕਰਨੀ ਚਾਹੀਦੀ ਹੈ ਅਸੀਂ ਕਹੀਏ ਕਿ ਇਹ ਐਨਡੀਆ ਸਰਕਾਰ ਨੇ ਅਪਣਾਇਆ ਜਾਂ ਯੂਪੀਏ ਸਰਕਾਰ ਨੇ ਬਣਾਇਆ ਤੁਸੀਂ ਮੈਥੋਂ ਸਵਾਲ ਪੁੱਛਿਆ ਤਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਯੂਪੀਏ ਸਰਕਾਰ ਦੇ ਟਾਈਮ ਦਾ ਹੀ ਜਿਹੜਾ ਸੀ ਸੈਂਕਸ਼ਨ ਹੋਇਆ ਹੋਇਆ ਸੀ ਤੇ ਚੱਲ ਰਿਹਾ ਸੀ ਜੀ ਜੀ ਪਰ ਬੜੇ ਅਫਸੋਸ ਨਾਲ ਮੈਨੂੰ ਕਹਿਣਾ ਪੈਂਦਾ ਹੂੰ ਕਿ ਜਿਹੜੀ ਉਹਦੇ ਵਿੱਚ ਕੰਟਰੋਵਰਸੀ ਖੜੀ ਕੀਤੀ ਗਈ ਕਿ ਉਹਦਾ ਨਾਮ ਜਿਹੜਾ ਹੈ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਤੇ ਨਾ ਹੋਣਾ ਸ਼ਹੀਦ ਭਗਤ ਸਿੰਘ ਨੇ ਜਿਹੜੀ ਲੜਾਈ ਲੜੀ ਸੀ ਉਹ ਸਾਰੇ ਦੇਸ਼ ਦੀ ਲੜਾਈ ਲੜੀ ਸੀ ਨਾ ਕਿ ਹਰਿਆਣਾ ਜਾਂ ਪੰਜਾਬ ਦੀ ਲੜਾਈ ਜੀ ਜੀ ਸਾਡੇ ਮੁੱਖ ਮੰਤਰੀ ਜੀ ਨੂੰ ਇਹ ਚਾਹੀਦਾ ਸੀਗਾ ਕਿ ਇਹਦਾ ਮੁਹਾਲੀ ਦੀ بجائے ਇਹਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਿਆ ਜਾਂਦਾ ਦੂਸਰਾ ਉਹਨਾਂ ਜਿਹੜੀ ਮੰਗ ਬੜੀ ਧੀਰ ਤੋਂ ਇਹ ਮੰਗ ਉਠਾਰੇ ਸੀ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਮੁੱਖ ਮੰਤਰੀ ਜੀ ਨੇ ਡਿਪਟੀ ਮੁੱਖ ਮੰਤਰੀ ਜੀ ਨੇ ਨਾ ਹੀ ਭਾਜਪੀ ਦੇ ਜਿਹੜੀ ਸੀਨੀਅਰ ਲੀਡਰਸ਼ਿਪ ਸੀ ਕਿਸੇ ਨੇ ਚੰਡੀਗੜ੍ਹ ਦੀ ਗੱਲ ਕੀਤੀ ਓਕੇ ਮੈਂ ਸਮਝਦਾ ਹਾਂ ਕਿ ਬੜੀ ਧੀਰ ਦੇ ਬਾਅਦ ਪ੍ਰਧਾਨ ਮੰਤਰੀ ਜੀ ਨੇ ਚੰਡੀਗੜ੍ਹ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਚੰਡੀਗੜ੍ਹ ਦੇ ਵਿੱਚ ਇੱਕ ਰੈਲੀ ਐਡਰੈਸ ਕੀਤੀ ਹੈ ਜਿੱਥੇ ਹਰਿਆਣਾ ਦੇ ਮੁੱਖ ਮੰਤਰੀ ਵੀ ਸੀ ਪੰਜਾਬ ਦੇ ਮੁੱਖ ਮੰਤਰੀ ਵੀ ਸੀ ਉਹਨਾਂ ਨੇ ਇਸ ਚੀਜ਼ ਨੂੰ ਐਡਰੈਸ ਨਹੀਂ ਕੀਤਾ ਓਕੇ ਪ੍ਰੇਮਿੰਦਰ ਜੀ ਪੰਜਾਬ ਨਾਲ ਜਿਹੜੇ ਜੁੜੇ ਹੋਏ ਮੁੱਦੇ ਆ ਮੈਂ ਦੁਬਾਰਾ ਉਹਨਾਂ ਇਸ ਮੁੱਦੇ ਤੇ ਬੜਾ ਇੰਪੋਰਟੈਂਟ ਜਿਹੜਾ ਇਸ਼ੂ ਆ ਤੁਸੀਂ ਲੈ ਰਹੇ ਮੈਂ ਬਾਕੀ ਮਹਿਮਾਨਾਂ ਦੇ ਨਾਲ ਵੀ ਇਸ ਮੁੱਦੇ ਤੇ ਗੱਲ ਕਰਾਂਗਾ ਜਦੋਂ ਗਰੇਵਲ ਜੀ ਇਹਨਾਂ ਨੇ ਕਿਹਾ ਕਿ ਜਦੋਂ ਸ਼ਹੀਦ ਭਗਤ ਸਿੰਘ ਦੇ ਨਾਂ ਦੇ ਉੱਤੇ ਰੱਖਿਆ ਜਾ ਸਕਦਾ ਸੀ ਉਸ ਦਾ ਨਾਮ ਸ਼ਹੀਦ ਭਗਤ ਸਿੰਘ ਦਾ ਕੋਈ ਤਾਂ ਹੈ ਨਹੀਂ ਕਿ ਪੰਜਾਬ ਦਾ ਹੈਗਾ ਸਾਰੀ ਕੌਮ ਦਾ ਸ਼ਹੀਦ ਹੈਗਾ ਤੁਦ ਨਾਲ ਤੇ ਕੀ ਇਤਰਾਜ ਸੀ ਕਿਉਂ ਨਹੀਂ ਰੱਖਿਆ ਜਾ ਸਕਿਆ ਇਸ ਤਰ੍ਹਾਂ ਇਹ ਤਿੰਨ ਸਟੇਟਾਂ ਦੇ ਨਾਲ ਸੰਬੰਧ ਆਏਗਾ ਹਮਮ ਔਰ ਉਹਨਾਂ ਦੀ ਸਹਿਮਤੀ ਨਾਲ ਹੀ ਸਾਰੀਆਂ ਇਹਦੇ ਚ ਜੋ ਵੀ ਕਰਨਾ ਹੁੰਦਾ ਉਹ ਹੁੰਦਾ ਜੀ ਜੀ ਔਰ ਇਹਨੂੰ ਕੋਈ ਕੰਟਰੋਵਰਸੀ ਜ਼ਿਆਦਾ ਬਣਾਉਣੀ ਨਹੀਂ ਚਾਹੀਦੀ ਸ਼ਹੀਦ ਭਗਤ ਸਿੰਘ ਦਾ ਔਰ ਸਾਰੇ ਸ਼ਹੀਦਾਂ ਦਾ ਹੀ ਸਨਮਾਨ ਸਤਕਾਰ ਹਮ ਸਾਰੇ ਹਰ ਭਾਰਤੀ ਨੂੰ ਕਰਨਾ ਚਾਹੀਦਾ ਸੀ ਅਜਾਜ਼ਾਦ ਉਹਨਾਂ ਦੀ ਵਜ੍ਹਾ ਕਰਕੇ ਆ ਪਰ ਨੌ ਰੱਖਣਾ ਜਾਂ ਨਹੀਂ ਰੱਖਣਾ ਉਹ ਇੱਕ ਅਲੱਗ ਵਿਸ਼ਾ ਹੈਗਾ ਅੋਸ ਨੂੰ ਕੰਟਰੋਵਰਸੀ ਨਹੀਂ ਪਾਉਣਾ ਚਾਹੀਦਾ ਸਾਨੂੰ ਜੀ ਜੀ ਔਰ ਦੂਸਰਾ ਜਿਹੜਾ ਇਹਨਾਂ ਨੇ ਪਿੰਕੀ ਜੀ ਨੇ ਹੁਣੇ ਕਿਹਾ ਚੰਡੀਗੜ੍ਹ ਦਾ ਮੁੱਦਾ ਚੰਡੀਗੜ੍ਹ ਹੁਣ ਇੱਕ ਐਸੀ ਹਾਈ ਕੋਰਟ ਇੱਥੇ ਸਾਂਝੀ ਹੈ ਔਰ ਬਾਕੀ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਨੇ ਦੂਸਰੀ ਸਟੇਟ ਦਾ ਵੀ ਧਿਆਨ ਰੱਖਣਾ ਪੈਂਦਾ ਖਾਲੀ ਪੰਜਾਬ ਹੀ ਅਜੋ ਤੇ ਕਬਜ਼ਾ ਜਮਾਏ ਉਹ ਮੈਂ ਨਹੀਂ ਸਮਝਦਾ ਕੋਈ ਚਲੋ ਇੱਕ ਰਿਵਲ ਜਿੱਦਾਂ ਮੈਂ ਕਿਹਾ ਕਿ ਮਹੱਤਵਪੂਰਨ ਮੁੱਦਾਇਸ ਮੁੱਦੇ ਤੇ ਵੀ ਆਪਾਂ ਗੱਲ ਕਰਦੇ ਆਂ ਪਹਿਲਾਂ ਪੰਦੇਸਜੀ ਦੀ ਇਸ ਮਾਮਲੇ ਤੇ ਰਾਇ ਲੈਣੀ ਚਾਹਾਂਗੇ ਪੰਦੇਸ ਸਾਹਿਬ ਜਦੋਂ ਗੱਲ ਕਰਦੇ ਆਂ ਕਿ ਇੱਕ ਮੰਤਰੀ ਹਵਾਈ ਅੱਡੇ ਇੱਕ ਤੇ ਹਾਈ ਆ ਕਿ ਚਲੋ ਚੰਡੀਗੜ੍ਹ ਦੇ ਨਾਂ ਤੇ ਅਨਾਉਂਸ ਕੀਤਾ ਗਿਆ ਬਣਿਆ ਇੱਥੇ ਮੰਤਰੀ ਹਵਾਈ ਅੱਡਾ ਬਣਿਆ ਦੂਸਰੀ ਗੱਲ ਜੁੜਦੀ ਐ ਸ਼ਹੀਦ ਭਗਤ ਸਿੰਘ ਦੇ ਮੁੱਦੇ ਦੇ ਉੱਤੇ ਵੀ ਨਾਂ ਕਿਉਂ ਨਹੀਂ ਦਿੱਤਾ ਗਿਆ ਇਹਨਾਂ ਦੋਨਾਂ ਮਾਮਲਿਆਂ ਤੇ ਤੁਹਾਡੀ ਕੀ ਰਾਏ ਹੈ ਸੇ ਦੋਸਾਂ ਜਿਹੜਾ ਸ਼ਹੀਦ ਭਗਤ ਸਿੰਘ ਨੂੰ ਪਿਛਲੇ ਪਿਛਲੇ 10 ਸਾਲਾਂ ਤੋਂ ਵਾਪਸ ਜਿਹੜੇ ਹੈਗਾ ਪੋਲਿਟਿਕਸ ਦੇ ਵਿੱਚ ਇੱਕ ਰੈਵੋਲਿਊਸ਼ਨਰੀ ਜਾਂ ਇੱਕ ਜਿਹਨੂੰ ਆਪੋਜੀਸ਼ਨ ਦਾ ਆਈਕਨ ਬਣ ਕੇ ਉਹ ਸਾਹਮਣੇ ਆਏ ਜੀ ਜੀ ਔਰ ਕਈ ਵਾਰ ਦੇਖਣ ਦੇ ਵਿੱਚ ਇਹ ਵੀ ਆਉਣਾ ਕਿ ਹਰ ਇੱਕ ਗੱਲ ਦੇ ਉੱਤੇ ਸ਼ਹੀਦ ਭਗਤ ਸਿੰਘ ਦੀ ਕੋਇਨ ਵੀ ਹੋਣਾ ਚਾਹੀਦਾ ਉਹਨਾਂ ਦੀ ਸਟੈਂਪ ਵੀ ਹੋਣੀ ਚਾਹੀਦੀ ਹੈ ਉਹ ਸਾਰੇ ਦਾ ਸਾਰਾ ਹੈਗਾ ਔਰ ਪੋਲਿਟੀਕਲ ਪਾਰਟੀਆਂ ਦੇ ਵਿੱਚ ਉਹਨਾਂ ਦੀ ਪਗੜੀ ਵੀ ਬਣ ਕੇ ਲੋਕੀ ਤੋਂ ਦੋ ਤਿੰਨ ਪੋਲਿਟੀਕਲ ਲੀਡਰਸ ਨੇ ਉਹਨਾਂ ਨੂੰ ਅ ਅੱਗੇ ਬਣਾ ਕੇ ਰੱਖਿਆ ਪਰ ਜੇ ਤੁਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਜੇ ਦੇਖਿਆ ਜਾਵੇ ਅ ਦਿੱਲੀ ਵਾਲਾ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਜਾਂ ਨਿਊਯਾਰਕ ਦਾ ਜੇ ਐਫ ਕੇ ਕੇ ਜਿਹੜਾ ਹੈਗਾ ਜੌਨ ਐਫ ਕੈਨੇਡੀ 에ਅਰਪੋਰਟ ਨੂੰ ਛੱਡ ਕੇ ਆਮ ਤੌਰ ਤੇ ਜਿਹੜਾ ਹੈਗਾ ਉਹ ਏਅਰਪੋਰਟਸ ਦੇ ਨਾਲ ਉਸ ਜਗ੍ਹਾ ਦੇ ਨਾਲੇ ਸ਼ਹਿਰ ਦੇ ਨਾਲ ਹੀ ਜੁੜਦੇ ਆ ਜਿਵੇਂ ਹੀਥਰੋ ਜਿਹੜਾ ਏਅਰਪੋਰਟ ਹੈ ਉਹ ਉਸ ਜਗ੍ਹਾ ਦੇ ਉੱਤੇ ਬਣਿਆ ਉੱਥੇ ਹੀਥਰੋ ਇੱਕ ਛੋਟਾ ਜਿਹਾ ਪਿੰਡ ਸੀਗਾ ਇਸੇ ਤਰ੍ਹਾਂ ਪਹਿਲਾਂ ਜਦੋਂ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਪਹਿਲਾਂ ਇਹਨੂੰ ਪਾਲਮ ਏਅਰਪੋਰਟ ਕਿਹਾ ਜਾਂਦਾ ਸੀ ਉਸੇ ਤਰ੍ਹਾਂ ਇਹ ਇੱਕ ਸ਼ਹਿਰ ਦੇ ਨਾਲ ਅਸੋਸੀਏਟਡ ਹੁੰਦਾ ਸੀ ਤੇ ਇਹ ਸ਼ਹੀਦ ਭਗਤ ਸਿੰਘ ਨੂੰ ਜਿਹੜੀ ਇੱਜ਼ਤ ਦੇਣ ਦਾ ਜਿਹੜੀ ਗੱਲ ਮੈਂ ਅਗਰੇਵਾਲ ਸਾਹਿਬ ਨਾਲ ਬਿਲਕੁਲ ਇਤفاق ਰੱਖੂਗਾ ਸ਼ਹੀਦ ਭਗਤ ਸਿੰਘ ਨੂੰ ਸਭ ਤੋਂ ਵੱਡੀ ਇੱਜ਼ਤ ਉਦੋਂ ਦਿੱਤੀ ਜਾਂਦੀ ਕਿ ਜਿਹੜੀ ਉਹ ਆਈਡੀਓਲੋਜੀ ਦੇ ਉੱਤੇ ਜਿਸ ਦੇ ਉੱਤੇ ਉਹ ਕੰਮ ਕਰਦੇ ਸੀ ਉਸ ਆਈਡੀਓਲੋਜੀ ਦੇ ਉੱਤੇ ਸਰਕਾਰ ਚੱਲਣੀ ਜੇ ਸ਼ੁਰੂ ਹੋ ਜਾਏ ਪਰ ਗ੍ਰਿਵਸ ਜੀ ਜਦੋਂ ਗੱਲ ਆਉਂਦੀ ਹੈ ਜਿੱਦਾਂ ਪੰਦੇਸਰ ਸਾਹਿਬ ਨੇ ਕਿਹਾ ਕਿ ਸ਼ਹਿਰ ਦੇ ਨਾਂ ਦੇ ਉੱਤੇ ਆਪਾਂ ਗੱਲ ਕਰਦੇ ਹਾਂ ਠੀਕ ਹੈ ਚੰਡੀਗੜ੍ਹ ਦੇ ਵਿੱਚ ਪਹਿਲਾਂ ਹਵਾਈ ਅੱਡਾ ਚੰਡੀਗੜ੍ਹ ਦਾ ਉਸ ਤੋਂ ਬਾਅਦ ਜਿਹੜੀ ਸਾਰੀ ਲੈਂਡ ਜਿਹੜੀ ਐਡ ਕੀਤੀ ਗਈ ਹੈ ਨਵਾਂ ਜਿਹੜਾ ਸਾਰਾ ਏਰੀਆ ਉਹਦੇ ਚ ਲਿਆ ਗਿਆ ਉਹ ਮੁਹੱਲੀ ਦਾ ਤੇ ਮੁਹੱਲੀ ਦੇ ਨਾਂ ਤੇ ਇਹਦਾ ਰੱਖਿਆ ਜਾ ਸਕਦਾ ਸੀ ਇਸ ਤਰ੍ਹਾਂ ਜਿਹੜੀ ਸਹੂਬਿਦਾਂ ਮਿਲਣੀਆਂ ਗੱਲ ਉਸ ਚੀਜ਼ ਨੂੰ ਆਪਾਂ ਦੇਖੀਏ ਉਹ ਪੰਜਾਬ ਦੇ ਲੋਕਾਂ ਨੂੰ ਮੋਹਾਲੀ ਦੇ ਲੋਕਾਂ ਨੂੰ ਔਰ ਉਧਰ ਹਿਮਾਚਲ ਨੂੰ ਚੰਡੀਗੜ੍ਹ ਨੂੰ ਸਾਰਿਆਂ ਨੂੰ ਮਿਲਣੀ ਹੈ ਗਲਤ 에어ਪੋਰਟ ਤਾਂ ਕਨਵੀਨੀਅੰਸ ਲਈ ਬਣਾਇਆ ਜਾਂਦਾ ਤੇ ਉਹ ਮੈਂ ਸਮਝਦਾ ਉਹ ਸਾਰੀ ਪੂਰੀ ਹੋਣੀ ਹੈ ਸੌਦਾ ਤਾਂ ਠੀਕ ਹੈ ਤੁਹਾਡੀ ਗੱਲ ਜਿਹੜੀ ਪਰ ਜਦੋਂ ਮੋਹਾਲੀ ਵਾਲਿਆਂ ਦੀ ਜ਼ਮੀਨ ਲਈ ਹੈ ਉਹ ਕਮੰਤਰੀ ਹੋਈ ਗਏ ਡੇ ਦਾ ਜਿਹੜਾ ਗੇਟ ਹੈ ਉਹ ਜਾ ਕੇ ਮੋਹਾਲੀ ਚ ਖੁੱਲੇਗਾ ਤਾਂ ਮੋਹਾਲੀ ਵੀ ਇਸ ਦੇਜ ਦਾ 파ਟ ਹੈ ਤੇ ਕੀ ਇੱਕ ਦਾ ਮਾਲੀ ਦੇ ਨਾਂ ਤੇ ਕਿਉਂ ਨਹੀਂ ਸੀ ਹੋ ਸਕਦਾ ਇਸ ਸਰਾਹੇ ਤਾਂ ਅਸੀਂ ਕੁਝ ਨਾ ਕੁਝ ਕਮੀਆਂ ਕੱਢਣ ਦੀ ਗੱਲ ਹੈ ਜੀ ਮੇਨ ਗੱਲ ਸੀ 에어ਪੋਰਟ ਬਣਨ ਦੀ ਇਹ ਠੀਕ ਹੈ ਇਹਨਾਂ ਦੀ ਯੂਪੀਏ ਦੀ ਸਰਕਾਰ ਦੇ ਟਾਈਮ ਤੇ ਦੀ ਯੋਜਨਾ ਬਣੀ ਅੱਜ ਇਹ ਜਿਹੜੀ ਐਨਡੀਏ ਦੀ ਸਰਕਾਰ ਆਈ ਕੰਪਲੀਸ਼ਨ ਹੋ ਗਿਆ ਜੀ ਜੀ ਵਿਕਾਸ ਹੋਣਾ ਚਾਹੀਦਾ ਡਿਵੈਲਪਮੈਂਟ ਹੋਣਾ ਚਾਹੀਦਾ 에어ਪੋਰਟਸ ਹੋਣੇ ਚਾਹੀਦੇ ਇੰਟਰਨੈਸ਼ਨਲ ਫਲਾਈਟਾਂ ਹੋਣੀਆਂ ਚਾਹੀਦੀਆਂ ਜਾਣੀਆਂ ਚਾਹੀਦੀਆਂ ਜੀ ਜੀ ਜੇ ਉਹੀ ਨਾ ਹੋਣ ਤੁਸੀਂ ਕੋਈ ਵੀ ਨਾਂ ਰੱਖ ਲਓ ਉਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਇਸ ਕਰਕੇ ਬੜੀ ਗੱਲ ਇਹ ਹੈ ਕਿ 에어ਪੋਰਟ ਜਿਹੜਾ ਹੈਗਾ ਬਹੁਤ ਅੱਛੀ ਚੱਲਣਾ ਚਾਹੀਦਾ ਓਕੇ ਉਹਦੇ ਲਈ ਸਰਕਾਰ ਨੂੰ ਥੈਂਕਸ ਕਹਿਣਾ ਚਾਹੀਦਾ ਜੀ ਪਿੰਗੀ ਜੀ ਇਹ ਕਿਤੇ ਜਿਹੜੀ ਗੱਲ ਪੋਲਿਟੀਕਲ ਤੌਰ ਤੇ ਵੀ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਕਿਉਂਕਿ ਜਦੋਂ ਜਿਹੜੀ ਸਟੇਜ ਤੇ ਵੀ ਰੈਲੀ ਹੋਈ ਆਪਾਂ ਉਥੇ ਹਰਿਆਣਾ ਦੇ ਚੀਫ ਮਿਨਿਸਟਰ ਵੀ ਹਾਜ਼ਰ ਸਾਰਾ ਉਹਨਾਂ ਦੀ ਹਰਿਆਣਾ ਦੀ ਜੀ ਬੀ ਜੀ ਪੀ ਦੀ ਸਰਕਾਰ ਕੀ ਵੀ ਲੱਗਦਾ ਹੈ ਕਿ ਕਿਸੇ ਤਰੀਕੇ ਨਾਲ ਹਰਿਆਣਾ ਦਾ ਵੀ ਪ੍ਰੈਸ਼ਰ ਸੀ ਜਿਹਦੇ ਕਰਕੇ ਮੋਹਾਲੀ ਜਾਂ ਸ਼ਹੀਦ ਭਗਤ ਸਿੰਘ ਦੇ ਨਾਲ ਨਾਲ ਨਾਂ ਜੋੜ ਕੇ ਚੰਡੀਗੜ੍ਹ ਦਾ ਨਾਂ ਹੀ ਉਸ ਨੂੰ ਦਿੱਤਾ ਗਿਆ ਹਰਿਆਣਾ ਦਾ ਪ੍ਰੈਸ਼ਰ ਵੀ ਹੋ ਸਕਦਾ ਹੈ ਦੇਖੋ ਪ੍ਰੈਸ਼ਰ ਤਾਂ ਹਮੇਸ਼ਾ ਹੁੰਦਾ ਹੀ ਹੈ ਪ੍ਰੈਸ਼ਰਾਂ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਸਰਦਾਰ ਸਰਦਾਰ ਭਗਤ ਸਿੰਘ ਜੀ ਦੀ ਜਨਮ ਭੂਮੀ ਹੈ ਪੰਜਾਬ ਮੋਹਾਲੀ ਜਿਹੜਾ ਹੈਗਾ ਪੰਜਾਬ ਦਾ ਇੱਕ ਹਿੱਸਾ ਹੈਗਾ ਜਿਹੜਾ ਚੰਡੀਗੜ੍ਹ ਵੀ ਜਦੋਂ ਬਣਿਆ ਸੀਗਾ ਮੈਕਸਿਮਮ ਜ਼ਮੀਨ ਜਿਹੜੀ ਹੈ ਪੰਜਾਬ ਦੀ ਚੰਡੀਗੜ੍ਹ ਨੂੰ ਗਈ ਹੈ ਜੀ ਜੀ ਮੈਂ ਕਿਉਂ ਕਹਿ ਰਿਹਾ ਮੈਂ ਲੋਕਾਂ ਦੀ ਆਵਾਜ਼ ਦੱਸਣਾ ਚਾਹੁੰਦਾ ਤੁਹਾਡੇ ਕੋਲੇ ਜੋ ਪੰਦੇਰ ਸਾਹਿਬ ਕਹਿ ਰਹੇ ਸੀ ਮੈਂ ਇਹ ਨਾਲ ਸਹਿਮਤ ਹਾਂ ਪਰ ਲੋਕ ਕੀ ਚਾਹੁੰਦੇ ਆ ਜੀ ਜਿਹੜੇ ਸਾਡੇ ਪੰਜਾਬੀ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਸਾਡੇ ਬੱਚੇ ਜਿਹੜੇ ਉੱਥੇ ਜਨਮ ਜਾਂਦੇ ਨੇ ਜਦੋਂ ਇੱਥੇ ਆਉਂਦੇ ਨੇ ਤੇ ਉਹਨਾਂ ਨੂੰ ਪਤਾ ਲੱਗੇਗੀ ਭਗਤ ਸਿੰਘ ਜੀ ਜਿਹੜੇ ਹੈਗੇ ਆ ਉਹਨਾਂ ਨੇ ਦੇਸ਼ ਵਾਸਤੇ ਕੀ ਕੀਤਾ ਸੀ ਇੱਕ ਆਪਣੀ ਵਿਰਾਸਤ ਬਾਰੇ ਜਾਨਣਾ ਵਿਰਾਸਤ ਬਾਰੇ ਉਹਨਾਂ ਨੂੰ ਜਾਨਣਾ ਬਣਾ ਬੜਾ ਜ਼ਰੂਰੀ ਹੈ ਓਕੇ ਓਕੇ ਕਿਉਂਕਿ ਹੁਣ ਸਾਡੇ ਜਿਹੜੇ ਬੱਚੇ ਆ ਉੱਥੇ ਅੰਗਰੇਜ਼ੀ ਪੜ੍ਹਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਈਵਨ ਜਿਹੜੇ ਬੱਚੇ ਉੱਥੇ ਪੈਦਾ ਹੋ ਜਾਂਦੇ ਆ ਮਾਫ਼ ਕਰਨਾ ਗਰੇਵਾਲ ਸਾਹਿਬ ਉਹਨਾਂ ਨੂੰ ਆਪਦੇ ਚਾਚੇ ਤਾਜਾਂ ਦੇ ਨਾਮ ਨਹੀਂ ਪਤਾ ਹੁੰਦੇ ਇਹ ਇੱਕ ਬੜੀ ਜ਼ਰੂਰੀ ਗੱਲ ਸੀਗੀ ਕਿ ਅਸੀਂ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਤੇ ਰੱਖਦੇ ਉਹਨਾਂ ਦੇ ਵਾਰਸਾਂ ਨੇ ਵੀ ਗੱਲ ਉਠਾਈ ਜੀ ਜੀ ਉਹਦੇ ਨਾਲ ਨਾਲ ਜੋ ਪਰਦੇਸ ਸਾਹਿਬ ਕਹਿ ਰਹੇ ਸੀ ਕਿ ਸਾਨੂੰ ਸਕੂਲਾਂ ਦੇ ਵਿੱਚ ਇੱਕ ਸਬਜੈਕਟ ਵੀ ਲਗਾਉਣਾ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਸਾਡੀ ਜਿਹੜੀ ਹੈਗੀ ਹੈ ਮਦਰ ਲੈਂਡ ਹੈ ਅਸੀਂ ਜੀਣਾ ਸਭ ਤੋਂ ਪਹਿਲਾਂ ਤਾਂ ਉਹਦੀ ਮਦਰ ਲੈਂਡ ਦੇ ਵਾਸਤੇ ਜੀਣਾ ਹੈ ਜੀ ਜੀ ਉਹਨਾਂ ਨੇ ਕੁਰਬਾਨੀ ਕੀਤੀ ਸੀ ਇਸ ਕਰਕੇ ਕਿ ਸਾਰੇ ਹਿੰਦੁਸਤਾਨ ਨੂੰ ਆਜ਼ਾਦ ਕਰਾਉਣਾ ਹੈ ਆਜ਼ਾਦ ਕਰਾ ਕੇ ਆਦਮੀ ਇੰਡੀਪੈਂਡੈਂਟ ਹੋਵੇ ਉਹਦੀ ਇੰਡੀਪੈਂਡੈਂਟ ਚਲੋ ਸੋਚ ਰਹੇ ਹਾਂ ਆਪਣਾ ਅਲੱਗ ਸਬਜੈਕਟ ਆਪ ਐਸ ਮੁੱਦੇ ਤੇ ਦੁਬਾਰਾ ਆਉਨੇ ਸਾਡੀ ਮਜ਼ਬੂਰੀ ਹੁਣ ਵਕਤ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਚਰਚਾ ਕਰ ਰਹੇ ਹਾਂ ਕੇ ਕਮਾਂਤਰੀ ਹਵਾਈ ਅੱਡਾ ਚੰਡੀਗੜ੍ਹ ਜਿੱਦੇ ਇਤਕਾਟ ਨਰਿੰਦਰ ਮੋਦੀ ਆਏ ਕਈ ਸਵਾਲ ਵੀ ਜੁੜੇ ਇਸ ਖੇਤਰ ਦੇ ਲੋਕਾਂ ਨੂੰ ਇੱਕ ਸਹੂਲਤ ਵੀ ਮਿਲੀ ਹੈ ਇਸ ਨਾਲ ਕਈ ਅਹਿਮ ਸਵਾਲ ਆ ਜਿਹੜੇ ਅਸੀਂ ਮਹਿਮਾਨਾਂ ਨਾਲ ਅੱਜ ਸਾਂਝੇ ਕਰਨੇ ਹਨ ਪਰ ਸਮਾਂ ਹੁਣ ਇੱਕ ਛੋਟੀ ਜੀ ਬ੍ਰੇਕ ਦਾ ਡਿਵੀਡ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ ਗ੍ਰਿਵਲਸਰ ਜਿੱਦਾਂ ਬ੍ਰੇਕ ਤੋਂ ਪਹਿਲਾਂ ਆਪਾਂ ਗੱਲ ਕਰੇ ਸੀ ਕਿ ਕਮੰਤਰੀ ਹਵਾਈ ਅੱਡਾ ਚੰਡੀਗੜ੍ਹ ਦੇ ਚਾਉਣ ਵਾਲੇ ਕਿਸ ਤਰ੍ਹਾਂ ਲੋਕ ਸੋਚਦੇ ਐ ਪੋਲਿਟਿਕਲ ਪਾਰਟੀ ਦੀ ਕੀ ਸੋਚ ਐ ਤੇ ਬੁੱਧੀਜੀਵੀ ਕਿਦਾਂ ਸੋਚਦੇ ਐ ਇਸ ਮੁੱਦੇ ਤੇ ਜਿੱਦਾਂ ਤੁਸੀਂ ਸ਼ੁਰੂ ਚ ਇਹ ਗੱਲ ਕਹੀ ਸੀ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਦਾ ਵੀ ਹਵਾਈ ਅੱਡਾ ਜਿਹੜਾ ਹੈਗਾ ਉਹਦੇ ਵੀ ਕਮੰਤਰੀ ਰੂਪਰੇਖਾ ਸੀ ਪਰ ਉਹਦੇ 'ਚ ਇੱਕ ਗੱਲ ਜਿਹੜੀ ਨਿਰਾਸ਼ਾ ਵਾਲੀ ਇਹ ਗੱਲ ਹੈ ਕਿ ਬਹੁਤੀਆਂ ਉਥੋਂ ਕਮੰਤਰੀ ਪਦ ਤੇ ਨਹੀਂ ਉਡਾਣਾ ਜਾ ਨਹੀਂ ਸਕਿਆ ਆਈਸੋਲੇਟਡ ਹੋ ਗਿਆ ਲੋਕਾਂ 'ਚ ਨਿਰਾਸ਼ਾ ਵੀ ਐ ਥੋੜੀਆਂ-ਬਹੁ ਕੀ ਜਿਹੜਾ ਇਹ ਵੀ ਰੂਪ ਦੇ ਤੱਕ ਇੱਕ ਮੰਤਰੀ ਹੋਈ ਹੈ ਇਹਦਾ ਕਿਤੇ ਲੋਕਾਂ ਨੂੰ ਇੱਕ ਇਹ ਵੀ ਖਦਸ਼ਾ ਹੈ ਕਿ ਅੰਮ੍ਰਿਤਸਰ ਵਾਲਾ ਹਸ਼ਰਤਾ ਨਹੀਂ ਹੋਏਗਾ ਕਿ ਵੀ ਨਾ ਦੇਦਾ ਬਾਕੀ ਪ੍ਰੈਕਟੀਕਲ ਤੌਰ ਤੇ ਬਹੁਤ ਪੋਸੀਬਲ ਨਾ ਹੋ ਸਕੇ ਦੇਖੋ ਜਿਹੜੇ 에ਰਪੋਰਟਸ ਨੇ ਨਾ ਜਾਂ ਬਾਕੀ ਹੋਰ ਵੀ ਇਸ ਤਰ੍ਹਾਂ ਦੇ ادارے ਨੇ ਉਹ ਬਿਜ਼ਨਸ ਤੇ ਚੱਲਦੇ ਆ ਜੀ ਜਦੋਂ ਪਬਲਿਕ ਜ਼ਿਆਦਾ ਹੋਏਗੀ ਪੈਸੇਂਜਰ ਜ਼ਿਆਦਾ ਹੋਣਗੇ ਤੇ ਉਹ ਨੈਚੁਰਲੀ ਚੱਲੇਗਾ ਕਿਉਂਕਿ ਜਿਹੜੇ ਹਵਾਈ ਜਹਾਜ਼ ਨੇ ਜਾਏਅਰ ਲਾਈਨਸ ਨੇ ਉਹ ਉਸੇ ਚੀਜ਼ ਨੂੰ ਪ੍ਰੈਫਰ ਕਰਦਿਆਂ ਨੇ ਕਿ ਉਹਨਾਂ ਨੂੰ ਬਿਜ਼ਨਸ ਮਿਲੇ ਜੇ ਬਿਜ਼ਨਸ ਨਹੀਂ ਮਿਲੇਗਾ ਤੇ ਨੇਚਰਲੀ ਉਹ ਹੌਲੀ-ਹੌਲੀ ਬੰਦ ਹੋਣਾ ਸ਼ੁਰੂ ਹੋ ਜਾਏਗਾ ਜੀ ਜੀ ਅਮਰitsar ਜਿਹੜਾ ਇੱਕ ਸਾਈਡ ਤੇ ਪੈ ਜਾਂਦਾ ਉੱਥੇ ਉਸ ਉਸ ਤਰ੍ਹਾਂ ਦਾ ਬਿਜ਼ਨਸ ਨਹੀਂ ਮਿਲਦਾ ਉੱਥੇ ਕਾਰਗੋ 에ਰਪੋਰਟ ਤਾਂ ਬਹੁਤ ਜ਼ਿਆਦਾ ਚੱਲ ਸਕਦਾ ਤੇ ਇਹ ਜਿਹੜਾ ਹੈਗਾ ਇਹ ਚੰਡੀਗੜ੍ਹ ਚ ਇਸ ਦੀ ਜ਼ਿਆਦਾ ਉਮੀਦ ਹੈ ਚੱਲਣ ਦੀ ਕਿਉਂਕਿ ਸੈਂਟਰ ਚ ਪੈਂਦਾ ਹੈ ਤਿੰਨ ਚਾਰ ਕਨਸਟਟੇਟਾਂ ਦੇ ਤੇ ਇਸ ਕਰਕੇ ਚੱਲੇਗਾ ਇਹਦੇ ਨਾਮ ਦੇ ਉੱਪਰ ਜਾਂ ਕਿਸੇ ਹੋਰ ਚੀਜ਼ ਦੇ ਉੱਪਰ ਨਹੀਂ ਸਾਨੂੰ ਜਾਣਾ ਚਾਹੀਦਾ ਤੇ ਇੱਕ ਤਾਂ ਸਹੂਲਤਾਂ ਹੋਈਆਂ ਹੁਣ ਜੀ ਯਾਤਰੀਆਂ ਜਿਹੜੇ ਆਉਣ ਪੈਸੇਂਜਰ ਆਉਣ ਉਹਨਾਂ ਨੂੰ ਕਨਵੀਨੀਅੰਸ ਜ਼ਰੂਰ ਉਹਨਾਂ ਦੇ ਲਈ ਬਣਾਈਆਂ ਜਾਣ ਉਹ ਸਹੂਲਤਾਂ ਹੁਣ ਤੇ ਅੰਤਰਰਾਸ਼ਟਰੀ ਪੱਧਰ ਦਾ ਹਵਾਈ ਅਡਾਏ ਬਣੇ ਵੀ ਉਹ ਦਿਖਾਈ ਵੀ ਦੇਵੇ ਉਹਨਾਂ ਨੂੰ ਜਿਸ ਤਰ੍ਹਾਂ ਦਿੱਲੀ ਦੇ ਅੰਦਰ ਦਿੰਦਾ ਹੈ ਜਾਂ ਬਾਕੀ ਕਈ ਸ਼ਹਿਰਾਂ 'ਚ ਵੀ ਬਣ ਗਏ ਨੇ ਤੇ ਇਹ ਜਿਆਦਾ ਜ਼ਰੂਰੀ ਹੈ ਓਕੇ ਔਰ ਇਸ ਤੇ ਜਿਆਦਾ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ ਵੀ ਇਸ ਤੇ ਦੇਣਾ ਚਾਹੀਦਾ ਔਰ ਲੋਕਾਂ ਨੂੰ ਵੀ ਇਸ ਚੀਜ਼ ਦੇ ਉੱਪਰ ਸੋਚਣਾ ਚਾਹੀਦਾ ਓਕੇ ਓਕੇ ਔਰ ਮੈਂ ਸਮਝਦਾ ਜਿਹੜੇ ਉੱਥੋਂ ਲੋਕ ਆਉਂਦੇ ਆ ਅ ਅੰਤਰਰਾਸ਼ਟਰੀ ਉਡਾਣਾਂ ਤੇ ਵਿਦੇਸ਼ ਵਿਦੇਸ਼ਾਂ 'ਚ ਰਹਿੰਦੇ ਆ ਜੀ ਜੀ ਉਹਨਾਂ ਦੀ ਸੋਚ ਉਹਨਾਂ ਦੀ ਮਾਨਸਿਕਤਾ ਇਸੇ ਤਰ੍ਹਾਂ ਦੀ ਬਣ ਜਾਂਦੀ ਓਕੇ ਓਕੇ ਪਰ ਇਹਨਿੰਦੀ ਜਦੋਂ ਆਪਾਂ ਗੱਲ ਕਰਦੇ ਆ ਅੰਮ੍ਰਿਤਸਰ 에ਅਰਪੋਰਟ ਦੀ ਖਾਸ ਤੌਰ ਤੇ ਜਦੋਂ ਪਿਛਲੇ ਦਿਨਾਂ 'ਚ ਇਸ ਅਸਥਾਪਨ ਕੀਤਾ ਗਿਆ ਹੈ ਤੇ ਵੀ ਕਿਹਾ ਗਿਆ ਕਿ ਅੰਮ੍ਰਿਤਸਰ ਜਿਹੜਾ ਹਵਾਈ ਅੱਡਾ ਹੈਗਾ ਉਹਨੂੰ ਇੱਕ ਤਰ੍ਹਾਂ ਦਾ ਨੈਗਲੈਕਟਡ ਜਾਂ ਲੋਕਾਂ ਵੱਲ ਜਾਂ ਹਵਾਈ ਡਾਣਾ ਦੀ ਜਿੱਦਾਂ ਆਪਾਂ ਗੱਲ ਕਰਦੇ ਆ ਕਿ ਇਹ ਜਾਣ ਬੁੱਝ ਕੇ ਹੋਇਆ ਤਾਂ ਕਿ ਵੀ ਪੰਜਾਬ ਦੇ ਵਿੱਚ ਇੱਕ ਕਮੰਤਰੀ ਹਵਾਈ ਅੱਡਾ ਬਣਿਆ ਉਸ ਨੂੰ ਇਸ ਤਰ੍ਹਾਂ ਅਣਗੌਲਿਆ ਕੀਤਾ ਗਿਆ ਨਹੀਂ ਜੀ ਅਸੀਂ ਨਹੀਂ ਕਹਿ ਸਕਦੇ ਕਿਉਂਕਿ ਸਾਰੇ ਸੰਸਾਰ ਦੇ ਵਿੱਚ ਇਕਨੋਮੀ ਜਿਹੜੀ ਹੈਗੀ ਸਲੋ ਡਾਊਨ ਹੋਈ ਹੈ ਜੀ ਜਦੋਂ ਇਕਨੋਮੀ ਸਲੋ ਡਾਊਨ ਹੋ ਜਾਏ ਤਾਂ ਉਹਦਾ ਵੀ ਬੜਾ ਫਰਕ ਪੈਂਦਾ ਓਕੇ ਬਾਕੀ ਇਹ ਹੈ ਕਿ ਕਿਸੇ ਚੀਜ਼ ਨੂੰ ਸਟੈਬਲਿਸ਼ ਕਰਨ ਥੋੜਾ ਸਮਾਂ ਲੱਗਦਾ ਹੈ ਹਮ ਅੰਮ੍ਰਿਤਸਰ ਦੇ ਵਿੱਚ ਬੜੀ ਵੱਡੀ ਮਾਨਤਾ ਸਾਰੇ ਹਿੰਦੁਸਤਾਨ ਦੇ ਵੀ ਸਾਰੇ ਸੰਸਾਰ ਦੇ ਵਿੱਚ ਦੁਨੀਆ ਭਰ ਦੇ ਵਿੱਚ ਜੀ ਜੀ ਹਰਮੰਦਰ ਸਾਹਿਬ ਦੀ ਬੜੀ ਵੱਡੀ ਮਾਨਤਾ ਹੈ ਹਮ ਉੱਥੇ ਸ਼ਰਧਾਲੂ ਆਉਂਦੇ ਨੇ ਉਹ ਥੋੜਾ ਸਮਾਂ ਹਰ ਇੱਕ ਚੀਜ਼ ਨੂੰ ਲੱਗਦਾ ਮੈਂ ਸਮਝਦਾ ਕਿ ਉਹ 에어ਪੋਰਟ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਜ਼ਿਆਦਾ ਉੱਥੇ ਰਸ਼ ਖਿੱਚੇਗਾ ਜੀ ਜਿਹੜੇ ਸਾਡੇ ਪੰਜਾਬੀ ਨੇ ਖਾਸ ਕਰਕੇ ਸਾਰੇ ਸੰਸਾਰ ਦੇ ਵਿੱਚ ਬੈਠੇ ਨੇ ਹਮ ਜਿਹੜੇ ਉੱਥੋਂ ਦੇ ਬੱਚੇ ਨੇ ਜਿਹੜੇ ਉੱਥੇ ਪੈਦਾ ਹੋ ਜਾਂਦੇ ਨੇ ਉਹਨਾਂ ਦੇ ਮਾਪੇ ਦਾ ਹਮੇਸ਼ਾ ਹੀ ਇਹ ਮਨ ਦੇ ਵਿੱਚ ਹੁੰਦਾ ਹੈ ਕਿ ਉਹਨਾਂ ਬੱਚਿਆਂ ਨੂੰ ਅਸੀਂ ਆਪਦੇ ਰਿਸ਼ਤੇਦਾਰਾਂ ਦੇ ਕੋਲ ਲੈ ਕੇ ਜਾਈਏ ਉਹਨਾਂ ਦਾ ਉਹਦਾ ਵਿਰਸਾ ਦਸੀਏ ਉਹਨਾਂ ਦਾ ਉਹਦੀ ਵਿਰਾਸਤ ਦਸੀਏ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਮਝਦਾ ਹਾਂ ਕਿ ਅੰਮ੍ਰਿਤਸਰ 에ਅਰਪੋਰਟ ਵੀ ਇੱਕ ਵਨ ਆਫ ਦਾ ਬੈਸਟ 에ਅਰਪੋਰਟ ਬਣ ਜਾਏਗਾ ਓਕੇ ਗਰੇਵਲ ਜੀ ਜਿਹੜਾ ਇਹਨਾਂ ਦਾ ਕਹਿਣਾ ਹੈ ਕਿ ਵੀ ਜਿਹੜਾ ਸ਼ੀਦ ਪਖ ਸਿੰਘ ਦਾ ਨਾਮ ਰੱਖਣ ਦੇ ਵਿੱਚ ਪੋਲਿਟਿਕਸ ਵੀ ਕਿਤੇ ਇਨਵੋਲ ਹੈ ਸ਼ਾਇਦ ਬੀਜੇਪੀ ਜਾਂ ਜਿਹੜੀ ਸੈਂਟਰ ਦੀ ਗਵਰਨਮੈਂਟ ਚਾਹੁੰਦੀ ਨਹੀਂ ਸੀਗੇ ਸ਼ੀਪ ਪਖ ਸਿੰਘ ਦਾ ਨ ਸ਼ਹੀਦ ਭਗਤ ਸਿੰਘ ਦਾ ਨਾਮ ਲੈ ਕੇ ਜਿਆਦਾ ਸ਼ੋਰ ਸ਼ਰਾਬਾ ਕਰਦੇ ਰਹੇ ਆ ਜੀ ਜੀ ਉਹ ਨਹੀਂ ਗੱਲ ਹੈ ਭਗਤ ਸਿੰਘ ਦੀ ਅਸਲੀ ਜੋ ਪੰਦੇਰ ਸਾਹਿਬ ਨੇ ਗੱਲ ਕਹੀ ਸੀ ਨਾ ਕਿ ਉਹ ਜਿਹੜੀ ਆ ਅਸਮਾਨਤਾ ਵੱਧ ਰਹੀ ਹੈ ਡਿਸਪੈਰਿਟੀ ਜੀ ਉਹਨਾਂ ਦਾ ਉਦੇਸ਼ ਇਹ ਸੀ ਕਿ ਇਹ ਨਾ ਵਧੇ ਇਹ ਘੱਟ ਹੋਵੇ ਉਹ ਮੁਲਕ ਦੇ ਅੰਦਰ ਵੱਧ ਰਹੀ ਹੈ ਦਿਨ ਦਿਨ ਸਾਡੀਆਂ ਗਲਤ ਆਰਥਿਕ ਨੀਤੀਆਂ ਦੀ ਵਜ੍ਹਾ ਕਰਕੇ ਉਹ ਲੋਕ ਪਰੇਸ਼ਾਨ ਨੇ ਸਰਮਾਇਆ ਚੰਦ ਹੱਥਾਂ 'ਚ ਇਕੱਠਾ ਹੁੰਦਾ ਜਾਂਦਾ ਜੇ ਭਗਤ ਸਿੰਘ ਜੀ ਨੂੰ ਸਹੀ ਸ਼ਰਧਾਂਜਲੀ ਦੇਣੀ ਆ ਜਾਂ ਉਹਨਾਂ ਤੋਂ ਸਹੀ ਸੇਧ ਲੈਣੀ ਆ ਪਹਿਲਾਂ ਉਹਨਾਂ ਦਾ ਹੱਲ ਕਰੋ ਉਹਦੇ ਬਾਰੇ ਸੋਚੋ ਨਾਮ ਰੱਖਣ ਦੀ ਕੋਈ ਗੱਲ ਨਹੀਂ ਸ਼ਹੀਦ ਭਗਤ ਸਿੰਘ ਖੁਦ ਵੀ ਨਹੀਂ ਚਾਹਣਗੇ ਜੇ ਅੱਜ ਹੁੰਦੇ ਛੇ ਮੇਰਾ ਕੋਈ ਨਾਮ ਰੱਖੇ ਉਹ ਚਾਹਣਗੇ ਕਿ ਜਿਹੜੇ ਸਿਧਾਂਤ ਨੂੰ ਲੈ ਕੇ ਉਹ ਚੱਲੇ ਸੀ ਉਸ ਨੂੰ ਇੰਪਲੀਮੈਂਟ ਕੀਤਾ ਜਾਵੇ ਕੋਈ ਪੋਲਿਟਿਕਸ ਨਹੀਂ ਹੈਗੀ ਉਹ ਪੋਲਿਟਿਕਸ ਉਹ ਪਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਥੇ ਇੱਕ ਮਾਰਗਦਰਸ਼ਕ ਹੁੰਦਾ ਹੈ ਜੀ ਜਦੋਂ ਬੱਚੇ ਉੱਥੋਂ ਆਣਗੇ ਉਤਰਨਗੇ ਹੋਰ ਜਿਹੜੇ ਵਿਦੇਸ਼ੀ ਸਾਡੇ ਯਾਤਰੀ ਆਣਗੇ ਉਹਨਾਂ ਨੂੰ ਪਤਾ ਲੱਗਦਾ ਇਹਦੇ ਵਿੱਚ ਮੈਂ ਸਮਝਦਾ ਹਾਂ ਕਿ ਸਾਨੂੰ ਬੀਜੇਪੀ ਸਰਕਾਰ ਨੂੰ ਦੁਬਾਰਾ ਸੋਚਣਾ ਚਾਹੀਦਾ ਹੈ ਜੀ ਕਿ ਇਹ ਕੋਈ ਬੜੀ ਵੱਡੀ ਗੱਲ ਨਹੀਂ ਬੜੀ ਛੋਟੀ ਜੀ ਗੱਲ ਹੈ ਇਹ ਆਪਸ ਵਿੱਚ ਬੈਠ ਕੇ ਫੈਸਲਾ ਕਰ ਦੇਣਾ ਚਾਹੀਦਾ ਹੈ ਕਿ ਜਿਹੜਾ ਚੰਡੀਗੜ੍ਹ ਹੈ ਉਹ ਵੀ ਪੰਜਾਬ ਤੇ ਹਰਿਆਣਾ ਦੀ ਕੈਪੀਟਲ ਹੈਗੀ ਹੈ ਪੰਜਾਬ ਦੀ ਜ਼ਮੀਨ ਤੋਂ ਚੰਡੀਗੜ੍ਹ ਬਣਿਆ ਹੈ ਓਕੇ ਪਰ ਜੇ ਆਪੇ ਇਸ ਮੁੱਦੇ ਤੇ ਗੱਲ ਕਰਦੇ ਆ ਤੁਹਾਨੂੰ ਲੱਗਦਾ ਕਿ ਸ਼ੀਰ ਪਖ ਸਿੰਘ ਦੇ ਨਾਂ ਦੇ ਉੱਤੇ ਰੀਥਿੰਕ ਕਰਨ ਦੀ ਲੋੜ ਹੈ ਬਿਲਕੁਲ ਕਰਨਾ ਚਾਹੀਦਾ ਜੀ ਪੰਦੇ ਸਰ ਤੁਸੀਂ ਇਹ ਸਾਰੇ ਮੁੱਦੇ ਤੇ ਕਿਦਾਂ ਸੋਚਦੇ ਹੋ ਕਿ ਵੀ ਕੀ ਦੁਬਾਰਾ ਉਹਦੇ ਦੇ ਰੀਥਿੰਕ ਕਰਨ ਦੀ ਲੋੜ ਹੈ ਇਸ ਗੱਲ ਦੂਜਾ ਜੋ ਅਮਰਸਰ ਦਾ ਹਸ਼ਰ ਹੋਇਆ ਉੱਥੇ ਜਿੱਦਾਂ ਅ ਚੰਡੀਗੜ੍ਹ ਦਾ ਵੀ ਕਈਆਂ ਨੂੰ ਖਤਸ਼ਾ ਵੀ ਕਿਤੇ ਉਦਾਂ ਤਰ ਤਾ ਨਹੀਂ ਬਣ ਕੇ ਰਹਿ ਜਾਏਗਾ ਬਿਲਕੁਲ ਸਿੱਧੂ ਸਾਹਿਬ ਮੈਨੂੰ ਪੂਰਾ ਖਰਸ਼ਾ ਪਹਿਲੀ ਗੱਲ ਤਾਂ ਜਿਹੜਾ ਇਹ ਗੱਲ ਕਹਿਣੀ ਨਾ ਵੀ ਅਮਰਿਤ ਸਰ ਸਾਈਡ ਤੇ ਸੀਗਾ ਅਮਰਿਤ ਸਰ 23 ਸਟੇਟਸ ਨੂੰ ਕੈਟਰ ਕਰ ਰਿਹਾ ਹੈ ਬਿਲਕੁਲ ਬਿਲਕੁਲ ਠੀਕ ਹੈ ਕਿਉਂਕਿ ਅਮਰਿਤ ਸਰ ਜਿਹੜਾ ਹੈਗਾ ਪੰਜਾਬ ਦੀਏ ਦੁਆਬੇ ਦੀਏ ਸਟੇਟਸ ਹਿਮਾਚਲ ਦੀ ਤੁਸੀਂ ਚੰਬਾ ਹਮੀਰਪੁਰ ਬਲਾਸਪੁਰ ਉਸ ਪਾਸੇ ਦੀਏ ਸਟੇਟਸ ਜੰਮੂ ਨੂੰ ਸਿੱਧਾ ਕੈਟਰ ਕਰ ਰਿਹਾ ਸੀ 3 ਸਟੇਟਸ ਨੂੰ ਉਹ ਕੈਟਰ ਕਰਦਾ ਸੀ ਉਸੇ ਤਰ੍ਹਾਂ ਜਿਹੜਾ ਇਹ ਚੰਡੀਗੜ੍ਹ ਦਾ ਹੈਗਾ ਉਹ ਉਹ ਵੀ ਕੈਟਰ ਕਰਦਾ ਜੇ ਆਪਾਂ ਟਰਾਂਸਪੋਰਟ ਨੀਤੀਆਂ ਦੇਖੀਏ ਜਦੋਂ ਟ੍ਰਾਂਸਪੋਰਟ ਅਸੀਂ ਚਲਾਉਨੇ ਆ ਕਿਸੇ ਪਾਸੇ ਅਸੀਂ ਉਹਨੂੰ ਫੋਕਸ ਦੇਣਾ ਚਾਹੁੰਦੇ ਆ ਅਸੀਂ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਹੜੀਆਂ ਬੱਸਾਂ ਚਾਹੇ ਟਰੱਕ ਜਿਹੜੇ ਰਿਮੋਟ ਏਰੀਆਜ਼ ਚੱਲਦੇ ਨੇ ਜੀ ਉਹਨਾਂ ਨੂੰ ਕੋਈ ਟੈਕਸ ਬੈਨੀਫਿਟ ਦਿੱਤਾ ਜਾਂਦਾ ਪਰ ਇੱਥੇ ਰਿਵਰਸ ਹੈ ਜਿਹੜੀ ਇੱਥੇ ਜਿਹੜੀ ਅੰਮ੍ਰਿਤਸਰ ਦੇ ਵਿੱਚ ਫਲਾਈਟ ਸਟਾਰਟ ਹੋਈਆਂ ਸੀ ਸਿੰਗਾਪੁਰ 에ਅਰਲਾਈਨਸ ਨੇ ਸਟਾਰਟ ਕੀਤੀ ਮੈਂ ਉਹਨਾਂ ਦੀ ਪ੍ਰੈਸ ਕਾਨਫਰੰਸ ਕੋਲ ਅਟੈਂਡ ਕੀਤੀ ਮਲੇਸ਼ੀਅਨ 에ਅਰਲਾਈਨਸ ਨੇ ਸਟਾਰਟ ਕੀਤੀ ਉਹਨਾਂ ਨੇ ਆਪਣੇ ਉਹਨਾਂ ਦੀਆਂ ਫਲਾਈਟਸ ਇਸ ਲਈ ਬੰਦ ਹੋਈਆਂ ਕਿਉਂਕਿ ਜਿਹੜਾ ਅੰਮ੍ਰਿਤਸਰ ਦੇ ਵਿੱਚ ਜਿਹੜਾ ਟੈਕਸ ਸੀ ਉਹ ਬਹੁਤ ਜ਼ਿਆਦਾ ਸੀ ਉੱਥੋਂ ਦੇ ਜਿਹੜੇ ਐਮਪੀ ਨੇ ਨਵਜੋਤ ਸਿੱਧੂ ਨੇ ਵੀ ਕਈ ਵਾਰੀ ਪਾਰਲੀਮੈਂਟ 'ਚ ਰੌਲਾ ਪਾਇਆ ਜਿਹੜੀ ਉਹ ਗੱਲ ਕਿਸੇ ਨੇ ਸੁਣੀ ਨਹੀਂ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਜਿਹੜਾ ਹੈਗਾ ਦਿੱਲੀ ਨੂੰ ਡੀਕੰਜੈਸਟ ਕਰਨ ਵਾਸਤੇ ਬਹੁਤ ਜ਼ਰੂਰੀ ਹੈ ਕਿ ਦਿੱਲੀ ਦਿੱਲੀ ਹੋਰ ਕੁਝ ਨਹੀਂ ਦਿੱਲੀ ਦੀਆਂ ਜਿਹੜੀਆਂ ਫਲਾਈਟਸ ਆ ਜਿਹੜਾ ਉਹਨਾਂ ਦਾ 에어ਪੋਰਟ ਆ ਉਹ ਹੁਣ ਇਸ ਵੇਲੇ ਫਲਾਈਟਸ ਹੈਂਡਲ ਕਰਨ ਦੇ ਵਿੱਚ ਹੁਣ ਸਮਰਥ ਨਹੀਂ ਹੈ ਜੀ ਜੀ ਉਹਨੂੰ ਡੀਕੰਜੈਸਟ ਕਰਨ ਦੀ ਲੋੜ ਹੈ ਕਿ ਕੁਝ ਫਲਾਈਟਸ ਜਿਹੜੀਆਂ ਪੰਜਾਬ ਦੀਆਂ ਨੇ ਉਹ ਚੰਡੀਗੜ੍ਹ ਉਤਮ ਤੇ ਕੁਝ ਜਿਹੜੀਆਂ ਹੈਗੀਆਂ ਫਲਾਈਟਸ ਪੰਜਾਬ ਦੀਆਂ ਜਿਹੜੀਆਂ ਹੈਗੀਆਂ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਜਿਹੜੇ ਸਿਰਫ ਸ਼ਰਧਾਲੂ ਆਉਂਦੇ ਨੇ ਓਕੇ ਉਹ ਉਹ ਅੰਮ੍ਰਿਤਸਰ ਉਤਮ ਤੇ ਡੀਕੰਜੈਸਟ ਹੁੰਦਾ ਪਰ ਨਾਲ ਦੀ ਨਾਲ ਸਿੱਧੂ ਸਾਹਿਬ ਤੁਸੀਂ ਵੀ ਕਾਫੀ ਅਰਸੇ ਤੋਂ ਪੱਤਰਕਾਰਾਂ ਨਾਲ ਵਬਸਤਾ ਹੋ ਤੇ ਤੁਸੀਂ ਆਪ ਸਾਰਿਆਂ ਨੇ ਖਬਰਾਂ ਕੀਤੀਆਂ ਨੇ ਕਿ ਜਿਹੜੇ ਪੰਜਾਬ ਦੇ ਵਿੱਚ ਜਿੰਨੇ ਵੀ ਇਨਪੋਰਟ ਆਉਂਦੇ ਨੇ ਉਹਨਾਂ ਨੂੰ ਰੋਕਣ ਵਾਸਤੇ ਹੋਰ ਕੋਈ ਨਹੀਂ ਇੱਕ ਜਿਹੜੀ ਹੈਗੀ ਹੈ ਟਰਾਂਸਪੋਰਟ ਲੌਬੀ ਸਪੈਸ਼ਲੀ ਜਿਹੜੀ ਟੈਕਸੀ ਜੀ ਜੀ ਬਿਲਕੁਲ ਬਹੁਤ ਅਹਿਮ ਕੁਐਸਚਨ ਹੈ ਜਿਹੜਾ ਜਿਹੜੇ ਉਹ ਕਿਸੇ ਲੈਵਲ ਦੇ ਉੱਤੇ ਪਾਲਿਸੀ ਮੇਕਿੰਗ ਨੂੰ ਵਰਕ ਕਰਦੀ ਹੈ ਆ ਪਾਲਿਸੀ ਮੇਕਿੰਗ ਨੂੰ ਟਾਰਪੀਡੋ ਕਰਦੇ ਆ ਜੀ ਜੀ ਕਿਉਂਕਿ ਤੁਸੀਂ ਇਹ ਦੇਖੋ ਵੀ ਜੇ ਸਾਰੀਆਂ ਫਲਾਈਟਸ ਇੱਥੇ ਆਉਣ ਲੱਗੀਆਂ ਬਹੁਤ ਸਾਰੀਆਂ ਟੈਕਸੀਆਂ ਨੇ ਜਿਹੜੀਆਂ ਪੰਜਾਬ ਜਿਹੜੀਆਂ ਵਿਦੇਸ਼ੋਂ ਆਉਂਦੀਆਂ ਨੇ ਉਹਨਾਂ ਉਹ ਆਊਟ ਆਫ ਬਿਜ਼ਨਸ ਹੁੰਦੀਆਂ ਔਰ ਜਿਹੜੀ ਗਰੇਵਾਲ ਸਾਹਿਬ ਨੇ ਗੱਲ ਕੀਤੀ ਉਹ ਵੀ ਬਹੁਤ ਇੰਪੋਰਟੈਂਟ ਹੈ ਜਿਹੜੀ ਇਹਨਾਂ ਨੇ ਕਿਹਾ ਇਥੋਂ ਕਾਰਗੋ ਦਾ ਜਿਹੜਾ ਹੋਣਾ ਚਾਹੀਦਾ ਉਹ ਕਾਰਗੋ ਦਾ ਬਹੁਤ ਇੰਪੋਰਟੈਂਟ ਹੈ ਜਿਹੜੀਆਂ ਤਿੰਨੇ ਸਟੇਟਸ ਨੇ ਸਪੈਸ਼ਲੀ ਪੰਜਾਬ ਹਰਿਆਣਾ ਔਰ ਹਿਮਾਚਲ ਔਰ ਜ਼ਰੂਰਤ ਵੀ ਹੈ ਇਹਨਾਂ ਨੂੰ ਇਸ ਦੀ ਜਿਹੜੀ ਪ੍ਰੋਡਿਊਸ ਹੈ ਉਹ ਮੰਡੀਆਂ ਚ ਰੁੱਲ ਜਾਂਦੀ ਔਰ ਉਹ ਬਹੁਤ ساری ਪ੍ਰੋਡਿਊਸ ਅਸੀਂ ਸੈਂਟਰਲ ਏਸ਼ੀਅਨ ਕੰਟਰੀਜ਼ ਮਿਡਲ ਈਸਟ ਔਰ ਇਵਨ ਯੂਰਪ ਤੱਕ ਜੀ ਜੀ ਪਿੰਨਜੀ ਮੈਂ ਹੁਣ ਐਸੇ ਮੁੱਦੇ ਤੇ ਪ੍ਰਧਾਨ ਮੰਤਰੀ ਨੇ ਵੀ ਇਸ ਮੁੱਦੇ ਨੂੰ ਥੋੜਾ ਟੱਚ ਕੀਤਾ ਪਰ ਉਸ ਤੋਂ ਪਹਿਲਾਂ ਗਰਵਲਸ ਜਿਹੜੇ ਨੇ ਇਸ਼ੂ ਇਹ ਉਠਾਇਆ ਕਿ ਕਿਦਾਂ ਦੀ ਲੋਬੀ ਹੈਗੀ ਜਿਹੜੀ ਚਾਹੁੰਦੀ ਨਹੀਂ ਹੈਗੀ ਕਿ ਪੰਜਾਬ ਚ ਕ ਮੰਤਰੀ ਹੋਈ ਅਡੇ ਜਿਹੜਾ ਉਥੇ ਡਾਣਾ ਜਿਹੜੀਆਂ ਲੇਖੋਗੇ ਟ੍ਰਾਂਸਪੋਰਟ ਹੋਟਲ ਲਾਈਨ ਬਲੈ ਨੈਸ਼ਨਲ ਹਾਈਵੇ ਨਾਲ ਜਿਹੜੇ ਟਾਬੇ ਤੇ ਬੜਾ ਕੁਝ ਜਿਹੜਾ ਕਾਰੋਬਾਰ ਹੈਗਾ ਲੋਕਾਂ ਦਾ ਜੁੜਿਆ ਵਾ ਬਸੇ ਚਲਦੀਆਂ ਮੇਰੇ ਖਿਆਲ ਕਰੋੜਾਂ ਰੁਪਏ ਦਾ ਜਿਹੜਾ ਅਰਬਾਂ ਦਾ ਸ਼ਾਇਦ ਟੋਟਲ ਮਿਲਾ ਕੇ ਬਣ ਜਾਂਦਾ ਹੋਵੇਗਾ ਸ਼ਾਇਦ ਉਹ ਵੀ ਇੱਕ ਲੋਬੀ ਹੈ ਜਿਹੜੀ ਚਾਹੁੰਦੀ ਹੈ ਕਿ ਪੰਜਾਬ ਨੂੰ ਐਦਾਂ ਹੀ ਪਾਸੇ ਤੇ ਰੱਖਿਆ ਜਾਏ ਇਸ ਤਰ੍ਹਾਂ ਸਿੱਧੂ ਸਾਹਿਬ ਮੈਂ ਇੱਕ ਚੀਜ਼ ਤੁਹਾਨੂੰ ਦੱਸਾਂ ਕਿ ਜਿਹੜੇ ਆ ਸੀਆਈਐਸ ਕੰਟਰੀ ਨੇ ਇਹਨਾਂ ਨੇ ਵੀ ਜ਼ਿਕਰ ਕੀਤਾ ਭੰਦੇਰ ਸਾਹਿਬ ਨੇ ਜੀ ਜੀ ਇਹ ਫਾਰਮਰ ਸੋਵਰੀ ਯੂਨਿਟ ਤੋਂ ਅਲੱਗ ਹੋਈ ਇਥੋਂ ਜਿਹੜੀ ਫਲਾਈਟ ਆ ਤਜ਼ਾਕਿਸਤਾਨ ਚ ਆਉਂਦੀ ਹੈ ਦੁਸ਼ਾਂਬੇ ਉਹਦੀ ਕੈਪੀਟਲ ਆ ਤਾਂ ਉਹਦੇ ਘੰਟੇ ਚ ਆ ਜਾਂਦੀ ਹੈ ਅਮਰitsar ਸਭ ਤੋਂ ਨਜ਼ਦੀਕ ਆ ਔਰ ਉੱਥੋਂ ਬਹੁਤ ਸਾਰਾ ਸਮਾਨ ਇੰਪੋਰਟ ਵੀ ਕੀਤਾ ਜਾ ਸਕਦਾ ਐਕਸਪੋਰਟ ਵੀ ਕੀਤਾ ਜਾ ਸਕਦਾ ਜੀ ਜੀ ਤੇ ਉਹ ਫਲਾਈਟ ਸਭ ਤੋਂ ਪਹਿਲਾਂ ਸ਼ੁਰੂ ਹੋਈ ਸੀ ਚਾਰਟਰ ਕੀਤਾ ਸੀ ਤਜ ਕੇਰ ਨੇ ਉਹ ਬੰਦ ਕਿਉਂ ਹੋ ਗਿਆ ਅੱਜ ਤੋਂ ਬਹੁਤ ਸਾਲ ਪਹਿਲਾਂ ਉਹਨੇ ਕਿਤੇ ਸ਼ੁਰੂ ਚੀ ਅੰਮ੍ਰਿਤਸਰ ਤੇ ਉਹ ਬੰਦ ਇਸ ਕਰਕੇ ਹੋਇਆ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਹੈਵੀ ਟੈਕਸਸ ਕਸਟਮ ਡਿਊਟੀਆਂ ਉਹਨਾਂ ਤੋਂ ਲਈ ਜਾਂਦੀਆਂ ਸੀ ਉਹਨਾਂ ਨੂੰ ਡੈਮੇਜ ਪੈ ਜਾਂਦੇ ਸੀ ਉੱਥੇ ਮਾਲ ਰੱਖਣ ਦੇ ਢੋਆ ਢੋਈ ਦੇ ਲਈ ਤੇ ਇਸ ਕਰਕੇ ਉਹ ਬੰਦ ਹੋਇਆ ਹਾਲਾਂਕਿ ਲੋਕਾਂ ਦੀ ਬਹੁਤ ਇੱਛਾ ਸੀ ਲੁਧਿਆਣਾ ਦੀ ਹੌਜ਼ਰੀ ਨੂੰ ਬਹੁਤ ਫਾਇਦਾ ਸੀ ਉਹਦਾ ਔਰ ਉੱਥੋਂ ਐਕਸਪੋਰਟ ਵੀ ਹੋ ਸਕਦਾ ਸੀ ਇਸ ਪਾਸੇ ਕਿਸੇ ਨੇ ਭਾਰਤ ਸਰਕਾਰ ਨੇ ਬਿਲਕੁਲ ਧਿਆਨ ਨਹੀਂ ਦਿੱਤਾ ਨਹੀਂ ਪਰ ਇਹ ਜੇ ਸੂਬਾ ਸਰਕਾਰ ਵੀ ਕਿਸੇ ਹੱਦ ਤੱਕ ਜ਼ਿੰਮੇਵਾਰ ਹੈ ਜੋ ਟੈਕਸਿਸ ਦੀ ਗੱਲ ਕਰਦੇ ਆ ਆਪਾਂ ਸਾਰਾ ਹੋਰ ਕਹਨ ਨੂੰ ਇਹ ਮਸਲੇ ਇਹਦੇ ਤੋਂ ਬਾਅਦ ਦਾ ਸੂਬਾ ਸਰਕਾਰ ਹੈ ਸੂਬਾ ਸਰਕਾਰ ਨੂੰ ਇਹ ਮਸਲੇ ਉਠਾਉਣੇ ਚਾਹੀਦੇ ਆ ਸਭ ਤੋਂ ਵੱਡੀ ਗੱਲ ਕੀ ਹੈ ਕਿ ਪੰਜਾਬ ਦੇ ਅੰਦਰ ਜਿਹੜੀ ਸਮੱਸਿਆ ਨਾ ਇੰਡਸਟਰੀ ਦੀ ਉਹ ਪਿੰਕੀ ਜੀ ਪਤਾ ਨਹੀਂ ਕਹਿਣਗੇ ਜਾਂ ਨਹੀਂ ਕਹਿਣਗੇ ਮੈਂ ਹੀ ਕਹਿ ਦਿੰਦਾ ਅੱਧਾ ਆਪੋਜੀਸ਼ਨ ਦਾ ਰੋਲ ਵੀ ਸਾਨੂੰ ਕਰਨਾ ਪੈਂਦਾ ਨਹੀਂ ਨਹੀਂ ਇਹੋ ਜੀ ਕੋਈ ਨਹੀਂ ਇਹੋ ਜੀ ਕੋਈ ਜਿਹੜੀ ਗੱਲ ਹੈ ਮੈਂ ਬਿਲਕੁਲ ਖੁੱਲ ਕੇ ਕਹਾਂ ਪੰਜਾਬ ਚ ਇੰਡਸਟਰੀ ਫ੍ਰੈਂਡਲੀ ਮਾਹੌਲ ਪੈਦਾ ਕਰਨ ਦੀ ਜ਼ਰੂਰਤ ਉਹ ਹੀ ਨਹੀਂ ਹੈ ਉਸ ਪਾਸੇ ਧਿਆਨ ਹੋਣਾ ਚਾਹੀਦਾ ਪਿੰਗੀ ਜਿਹੜੀ ਇਹਨਾਂ ਨੇ ਵੀ ਗੱਲ ਕੀਤੀ ਹੂ ਰੇਜ਼ ਕੀਤਾ ਖਾਰਦੋ ਤੇ ਕਿ ਇਹੋ ਜੀ ਬੜੀ ਸਟਰੋਂਗ ਲੌਬੀ ਹੈ ਜਿਹੜੀ ਚਾਹੁੰਦੀ ਨਹੀਂ ਹੈਗੀ ਕਿ ਪੰਜਾਬ ਦੇ ਵਿੱਚ ਇਦਾਂ ਦੀ ਡਿਵੈਲਪਮੈਂਟ ਹੋਵੇ ਜਿਹੜੇ ਚਾਹੁੰਦੇ ਕਿ ਸਾਡੇ ਤੇ ਡਿਪੈਂਡੈਂਟ ਰਹਿਣ ਵੀ ਬਾਹਰੋਂ ਜੋ ਵੀ ਸਮਾਨ ਆਉਂਦਾ ਜਿਹਦਾ ਗਰੇਵਾਲ ਜੀ ਦਾ ਵੀ ਕਹਿਣਾ ਹੈ ਉਹ ਸਾਰਾ ਕੁਝ ਜਿਹੜਾ ਹੈਗਾ ਉਹਦੀ ਐਕਸਪਲੋਇਟੇਸ਼ਨ ਹੁੰਦੀ ਰਹੇ ਕੋਈ ਇਸ ਤਰ੍ਹਾਂ ਦੀ ਲੌਬੀ ਹੈ ਜਿਹੜੀ ਪੰਜਾਬ ਨੂੰ ਪਿੱਛੇ ਰੱਖਣਾ ਚਾਹੁੰਦੀ ਹੈ ਦੇਖੋ ਜੋ ਗਰੇਵਾਲ ਸਾਹਿਬ ਨੇ ਕਿਹਾ ਹੈ ਸਾਰਾ ਪੰਜਾਬ ਕਹਿ ਰਿਹਾ ਕਿ ਇੱਥੇ ਵੱਡੇ ਵੱਡੇ ਟਰਾਂਸਪੋਰਟਰ ਨੇ ਓਕੇ ਜਿਨ੍ਹਾਂ ਦੀਆਂ ਏ ਉਹ ਹਮੇਸ਼ਾ ਇਹ ਚਾਹੁੰਦੇ ਨੇ ਕਿ ਇਹ ਜਿਹੜਾ ਹੈਗਾ ਇਹ ਚੀਜ਼ਾਂ ਕਾਮਯਾਬ ਨਾ ਹੋਣ ਜੀ ਜੀ ਉਹਦੇ ਨਾਲ ਨਾਲ ਜਿਹੜੀ ਅੱਜ ਪੰਜਾਬ ਦੀ ਇੰਡਸਟਰੀ ਹੈ ਉਹ ਕਿਉਂ ਪਿੱਛੇ ਜਾ ਰਹੀ ਹੈ ਮੈਨੂੰ ਪੁੱਛਣਾ ਜਾਨਾ ਹੈ ਵੀ ਉਹ ਤੇ ਕੀ ਪਲਾਨਿੰਗ ਕੀਤੀ ਇਹਨਾਂ ਨੇ ਓਕੇ ਤੁਹਾਨੂੰ ਲੱਗਦਾ ਕਿ ਇੰਡਸਟਰੀ ਦੇ ਤੌਰ ਤੇ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਅਜੇ ਵੀ ਜਿਹੜਾ ਪੰਜਾਬ ਪਛੜਿਆ ਪਿੰਗੀ ਜੀ ਮੇਰੀ ਮਜ਼ਬੂਰੀ ਆ ਕਿ ਆਪਾਂ ਨੂੰ ਵਕਤ ਅਜ਼ਾਜ਼ ਨੀ ਦੇ ਰਿਹਾ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਜਿਹਨਾਂ ਮੁੱਦਿਆਂ ਨੂੰ ਲੈ ਕੇ ਚਰਚਾ ਕਰ ਰਹੇ ਹਾਂ ਕਿ ਕਮੰਤਰੀ ਹਵਾਈ ਏਡਾ ਬਣ ਦੇ ਨਾਲ ਪੰਜਾਬ ਹਰਿਆਣਾ ਹਿਮਾਚਲ ਦੀ ਆਪਾਂ ਗੱਲ ਕਰਦੇ ਹਾਂ ਇਸ ਸਟੇਟ ਨੂੰ ਦਾ ਇੱਥੋਂ ਦੇ ਲੋਕਾਂ ਨੂੰ ਜਾਂ ਜਿਹੜੇ ਬਾਹਰ ਬੈਠੇ ਪ੍ਰਵਾਸੀ ਪੰਜਾਬੀ ਹੈ ਜਾਂ ਇੱਧਰ ਭਾਰਤ 'ਚ ਬੈਠੇ ਪੰਜਾਬੀ ਹੈ ਕੀ ਬੈਨੀਫਿਟ ਹੈ ਕਿਹੜੀਆਂ ਵਜ੍ਹਾ ਹੈਗੀਆਂ ਜਿਨ੍ਹਾਂ ਕਰਕੇ ਮੁਸ਼ਕਲਾਂ ਆਈਆਂ ਅਸੀਂ ਇਸ ਬੈਸ ਨੂੰ ਕਿਉਂਕਿ ਸਾਰੇ ਇਸ ਖੇਤਰ ਦੇ ਨਾਲ ਇਸ ਦੇ ਵਿਕਾਸ ਦੇ ਨਾਲ ਇੱਥੋਂ ਦੇ ਲੋਕਾਂ ਦੇ ਨਾਲ ਬੜਾ ਵੱਡਾ ਮਾਮਲਾ ਜੁੜਿਆ ਹੋਆ ਔਰ ਬੜੀ ਦੇਰ ਬਾਅਦ ਪੰਜਾਬ ਦੇ ਲੋਕਾਂ ਨੂੰ ਇਸ ਖਿੱਤੇ ਦੇ ਲੋਕਾਂ ਨੂੰ ਚੰਡੀਗੜ੍ਹ ਵਾਲਿਆਂ ਨੂੰ ਮੰਤਰੀ 에어ਪੋਰਟ ਮਿਲਿਆ ਹੈ ਅਸੀਂ ਦੋ ਪੜਾਵੀ ਚਰਚਾ ਕਰਾਂਗੇ ਇਸ ਮੁੱਦੇ ਤੇ ਪਹਿਲੇ ਪੜਾਵੀ ਚਰਚਾ 'ਚ ਅਸੀਂ ਆਪਣੇ ਮਹਿਮਾਨਾਂ ਦੇ ਸ਼ਾਮਲ ਹੋਣ ਦੇ ਲਈ ਮੈਂ ਧੰਨਵਾਦੀ ਹਾਂ ਔਰ ਸਾਡੇ ਦਰਸ਼ਕਾਂ ਦੇ ਲਈ ਸਨੇਹ ਇਸੇ ਮੁੱਦੇ ਨੂੰ ਲੈ ਕੇ ਦੂਜੇ ਪੜਾਵੀ ਚਰਚਾ 'ਚ ਇਹੋ ਮਹਿਮਾਨ ਸਾਡੇ ਨਾਲ ਹਾਜ਼ਰ ਰਹਿਣਗੇ ਕਿਰਪਾ ਕਰਕੇ ਉਸ ਮੁੱਦੇ ਦੀ ਜਿਹੜੀ ਬਹਿਸ ਦੇਖਣਾ ਵੀ ਨਾ ਭੁੱਲਣਾ ਔਰ ਸਾਡੇ ਲਈ ਪ੍ਰੋਗਰਾਮ ਦਾ ਪਤਾ ਹੈ jagtar sidhu@globalpunjabtv.com